ਦੋਸਤੋ ਮੱਕੀ ਦਾ ਅਚਾਰ ਜਦੋਂ ਅਸੀਂ ਪਾਉਣ ਦੀ ਗੱਲ ਕਰਦੇ ਹਾਂ, ਜਦੋਂ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਅਸੀਂ ਵੀ ਮੱਕੀ ਦਾ ਅਚਾਰ ਜਿਹੜਾ ਆਪਣਾ ਤਿਆਰ ਕਰੀਏ ਘਰੇ ਮੱਕੀ ਬੀਜ ਕੇ, ਤਾਂ ਸਭ ਤੋਂ ਵੱਡੀ ਸਮੱਸਿਆ, ਪਹਿਲਾਂ ਵੀ ਇੱਕ ਵੀਡੀਓ ਬਣਾਈ ਹੈ, ਉਹ ਇਹ ਆਉਂਦੀ ਹੈ ਵੀ ਮਸ਼ੀਨਰੀ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ। ਅਤੇ ਮਸ਼ੀਨਰੀ ਵੀ ਇਹਦੀ ਜਿਹੜੀ ਆਉਂਦੀ ਹੈ ਦੋਸਤੋ, ਉਹ ਕੋਈ ਲੱਖ ਜਾਂ 2 ਲੱਖ ਦੀ ਨਹੀਂ, ਬਹੁਤ ਮਹਿੰਗੀ, ਜ਼ਿਆਦਾ ਕੋਸਟਲੀ ਮਸ਼ੀਨਰੀ ਸਾਈਲੇਜ ਪਾਉਣ ਵਾਸਤੇ ਵਰਤੀ ਜਾਂਦੀ ਹੈ। ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਦੋਸਤੋ, ਤੁਹਾਡੀ ਇਸੇ ਮੁਸ਼ਕਲ ਦਾ ਹੱਲ ਕਰਨਾ ਹੈ। ਆਪਾਂ ਨੂੰ ਇਸ ਗੱਲ ਦਾ ਪਤਾ ਦੋਸਤੋ, ਹੋਰ 5-4 ਦਿਨਾਂ ਤੱਕ, 10 ਦਿਨਾਂ ਤੱਕ ਝੋਨੇ ਦੀ ਲਵਾਈ ਸ਼ੁਰੂ ਹੋ ਜਾਣੀ ਹੈ। ਅਤੇ ਜਿਹੜਾ ਕਣਕ ਵਾਲਾ ਵੱਢ ਹੈ, ਜਿਹਦੇ 'ਚ ਕਣਕ ਵੱਢ ਕੇ ਵੀਰਾਂ ਨੇ ਮੱਕੀ ਬੀਜੀ ਹੈ, ਉਹ ਮੱਕੀ ਵੀ ਤਿਆਰ ਹੋ ਜਾਣੀ ਹੈ, ਪੱਕ ਕੇ ਤਿਆਰ ਹੋ ਜੂਗੀ। ਇੱਕ ਪੰਗਾ ਉੱਤੋਂ ਇਹ ਪੈ ਜਾਂਦਾ ਉਹਨਾਂ ਦਿਨਾਂ ਦੇ ਵਿੱਚ ਆ ਕੇ ਵੀ ਜਿਹੜੀ ਬਾਰਿਸ਼ ਹੈ ਉਹ ਵੀ ਸ਼ੁਰੂ ਹੋ ਜਾਂਦੀ ਹੈ। ਸੋ ਦੋਸਤੋ, ਉਹਨਾਂ ਟਾਈਮ ਦੇ ਵਿੱਚ ਇੱਕ ਤਾਂ ਸਭ ਤੋਂ ਵੱਡੀ ਸਮੱਸਿਆ ਇਹ ਆਉਂਦੀ ਹੈ ਵੀ ਲੇਬਰ ਨਹੀਂ ਮਿਲਦੀ, ਅਤੇ ਦੂਜਾ ਜਿਹੜੀ ਮਸ਼ੀਨਰੀ ਦੀ ਘਾਟ ਹੁੰਦੀ ਹੈ। ਪਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 1 ਨਹੀਂ 2 ਨਹੀਂ ਸਗੋਂ 3 ਮਸ਼ੀਨਾਂ ਬਾਰੇ ਦੱਸਣਾ। ਇੱਕ ਤਾਂ ਸਾਹਮਣੇ ਜਿਹੜੀ ਤੁਸੀਂ ਮਸ਼ੀਨ ਚੱਲ ਰਹੀ ਦੇਖ ਰਹੇ ਹੋ ਦੋਸਤੋ, ਇਹ 4 ਉਰੇ ਇਕੱਠੇ ਲੈ ਜਾਂਦੀ ਹੈ। ਅਤੇ ਫਾਇਦਾ ਇਹ ਹੁੰਦਾ ਵੀ ਇਹਦੇ ਨਾਲ ਘੇਰਾ ਵੱਢਣ ਦੀ ਲੋੜ ਨਹੀਂ, ਮਤਲਬ ਲੇਬਰ ਵਾਲਾ ਕੋਈ ਬੰਦਾ ਸੱਦਣ ਦੀ ਲੋੜ ਨਹੀਂ ਤੁਹਾਨੂੰ ਪੈਣੀ। ਇਹ ਮਸ਼ੀਨ ਖੜ੍ਹੇ ਵਾਹਣ ਦੇ ਵਿੱਚੋਂ ਤੁਹਾਡੀ ਮੱਕੀ ਜਿਹੜੀ ਕੁਤਰ ਕੇ ਦੇ ਦੂਗੀ। ਜ਼ਿਆਦਾ ਜਾਣਕਾਰੀ ਮਸ਼ੀਨ ਬਾਰੇ ਹਾਰਾਂਕਿ ਬਾਈ ਜੀ ਹੋਰੀ ਆਪਾਂ ਨੂੰ ਅੱਗੇ ਦੱਸਣਗੇ ਵੀਡੀਓ ਦੇ ਵਿੱਚ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਪਰ ਜੋ ਮੈਨੂੰ ਖਾਸ ਲੱਗਾ ਤੁਹਾਨੂੰ ਜ਼ਰੂਰ ਪਹਿਲਾਂ ਦੱਸ ਦਿੰਦਾ ਵੀ ਇੱਕ ਤਾਂ ਇਹਦਾ ਕੁਤਰਾ ਬਹੁਤ ਵਧੀਆ ਜੋ ਮੈਂ ਦੇਖਿਆ, ਵੀਡੀਓ 'ਚ ਅੱਗੇ ਤੁਹਾਨੂੰ ਦਿਖਾਊਂਗਾ। ਪਲੱਸ ਇਹ ਵੀ ਜਦੋਂ ਇਹ ਵਾਹਣ ਦੇ ਵਿੱਚ ਇਹ ਮਸ਼ੀਨ ਚੱਲ ਰਹੀ ਹੈ ਅਤੇ ਜਦੋਂ ਇਹਦੇ ਟੋਕੇ ਜਿਹੜੇ ਆ ਉਹ ਦੋਸਤੋ ਲੱਗਣ ਵਾਲੇ ਹੋ ਗਏ, ਜਦੋਂ ਅੱਗੋਂ ਉਹ ਮੁੜਨੇ ਸ਼ੁਰੂ ਹੋ ਗਏ, ਤਾਂ ਆਟੋਮੈਟਿਕ ਨੇ ਜਿਹੜੇ ਆਪਦੇ ਟੋਕੇ ਉਹ ਵੀ ਤਿੱਖੇ ਕਰ ਲੈਣੇ ਆ। ਸੋ ਇਹ 4 ਲਾਈਨਾਂ ਇਕੱਠੀਆਂ ਲੈ ਕੇ ਜਾਂਦੀ ਹੈ। ਮੱਲ ਕੇ ਪਿੰਡ ਦੀ ਵੀਡੀਓ ਆ ਦੋਸਤੋ, ਮੱਲ ਕੇ ਪਿੰਡ ਦੇ ਵਿੱਚ ਇਹ ਮਸ਼ੀਨ ਆਈ ਹੈ, ਨੰਬਰ ਮੈਂ ਸਕਰੀਨ 'ਤੇ ਲਾਊਂਗਾ। ਆ ਜਾਓ ਬਾਈ ਜੀ ਹੋਰਾਂ ਤੋਂ ਥੋੜ੍ਹੀ ਬਹੁਤ ਇਸ ਮਸ਼ੀਨ ਬਾਰੇ ਜਾਣਕਾਰੀ ਲੈ ਲੈਂਦੇ ਹਾਂ, ਪੁੱਛਾਂਗੇ ਵੀ ਉਹ ਕਿੰਨੇ ਕੁ ਵਾਹਣ 'ਤੇ ਪਹੁੰਚ ਕਰਨਗੇ। ਸੋ ਆਓ ਬਾਈ ਨਾਲ ਗੱਲਬਾਤ ਕਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਦੱਸੋ ਜੀ ਆਪਣਾ। ਕੀ ਨਾਮ? ਜਸਵੀਰ ਬਾਈ ਆਪਣਾ। ਠੀਕ ਹੈ ਜਸਵੀਰ ਬਾਈ, ਜਿਹੜੀ ਇਹ ਆਪਾਂ ਮਸ਼ੀਨ ਹੁਣ ਲਿਆਂਦੀ ਹੈ ਮੱਕੀ ਕੁਤਰਨ ਵਾਸਤੇ, ਹੈ ਨਾ, ਇਹ ਕਿੰਨੇ ਓਰੇ ਲੈ ਕੇ ਜਾਂਦੀ ਹੈ? 4 ਓਰੇ ਲੈ ਕੇ ਜਾਂਦੀ ਹੈ। 4 ਓਰੇ ਇੱਕੋ ਸਾਰ? ਹਾਂਜੀ। ਠੀਕ ਹੈ, ਤੇ ਇੱਕ ਜਿਹੜੀ ਸਿੰਗਲ ਓਰਿਆਂ ਵਾਲੀ ਮਸ਼ੀਨ ਆਉਂਦੀ ਹੈ, ਹਾਂਜੀ, ਉਹਦੇ ਨਾਲੋਂ ਤੇ ਇਹਦਾ ਕੀ ਫਰਕ ਹੈ, ਮਤਲਬ ਦੋਨਾਂ ਦੇ ਵਿੱਚ ਕੀ ਫਰਕ ਤੁਹਾਨੂੰ ਲੱਗਦਾ? ਉਹਦੇ ਵਿੱਚ ਇਹ ਹੈ ਜੀ, ਉਹਦੇ ਵਿੱਚ ਸਾਨੂੰ ਘੇਰਾ 4-8 ਓਰੇ ਮੱਥੇ ਦੇ ਵੱਢਣੇ ਪੈਂਦੇ ਆ। ਠੀਕ ਹੈ। ਬਾਕੀ ਉਹਦੇ ਵਿੱਚ ਰਸਤੇ ਬਣਾਉਣੇ ਪੈਂਦੇ ਆ। ਠੀਕ ਹੈ। ਤੇ ਇਹਦੇ ਵਿੱਚ ਉਹ ਜੋ ਸਮੱਸਿਆ ਲੇਬਰ ਦੀ ਸਮੱਸਿਆ ਬਿਲਕੁਲ ਖਤਮ ਹੁੰਦੀ ਹੈ। ਠੀਕ ਹੈ, ਮਤਲਬ ਉਹ ਸਿੱਧਾ ਆਪਾਂ ਵਾਹਨ 'ਚ ਲਿਆ ਕੇ ਜੋੜ ਦੇਣੀ ਆ ਤੇ ਕੋਈ ਘੇਰਾ ਨਹੀਂ ਵੱਢਣ ਦੀ ਲੋੜ, ਕੋਈ ਕੁਛ ਨਹੀਂ, ਹੈ ਨਾ। ਠੀਕ ਹੈ। ਚਾਹੇ ਆਪਣੇ ਕੋਲ ਇੱਕ ਹੀ ਮਸ਼ੀਨ ਆ ਜਾਏ ਤੋਂ ਬਿਨਾਂ ਹੋਰ ਵੀ ਮਸ਼ੀਨ ਆਪਣੇ ਕੋਲ? ਸਿੰਗਲ ਰੋ ਵੀ ਹੈਗੀਆਂ 2 ਜੀ। 2 ਸਿੰਗਲ ਰੋ ਵਾਲੀਆਂ ਤੇ ਇੱਕ ਇਹ ਵੱਡੀ ਹੈ। ਹਾਂਜੀ। ਠੀਕ ਹੈ। ਚਾਹੇ ਹੁਣ ਫਿਰ ਆਪਾਂ ਇਹ ਸੋਚਿਆ ਵੀ ਕਿਰਾਏ ਦੇ ਉੱਤੇ ਆਪਾਂ ਵਾਹਨ ਦੇ ਵਿੱਚੋਂ ਮੱਕੀ ਵੱਢ ਕੇ ਦੇਵਾਂਗੇ ਲੋਕਾਂ। ਹਾਂਜੀ ਹਾਂਜੀ। ਠੀਕ ਹੈ। ਅੱਛਾ, ਇਹਦੇ 'ਚ ਆਪਾਂ ਕਿਹੜੇ ਕਿਹੜੇ ਏਰੀਏ 'ਚ ਜਾਣ ਦਾ ਮੂਡ ਬਣਾਇਆ ਕਿ ਜਿੱਥੋਂ ਵੀ ਫੋਨ ਆਜੂਗਾ ਗੱਲਬਾਤ ਕਰ ਲਾਂਗੇ? ਜਿੱਥੋਂ ਵੀ ਕੋਈ ਆਜੂਗਾ, ਜੇ ਕੋਈ ਬਹੁਤ ਹੀ ਦੂਰ ਹੋਊਗਾ ਤਾਂ ਉਹਦੇ ਖਰਚ ਤੇਲ ਦੇ ਹਿਸਾਬ ਨਾਲ ਬਿਲਕੁਲ ਉਹ ਤਾਂ ਫਰਕ ਪੈਣਾ ਹੀ ਪੈਣਾ। ਠੀਕ ਹੈ। ਉਹ ਜਾਨੀ ਆਪਾਂ ਨੂੰ ਕਦੇ ਵੀ ਫੋਨ ਕਰੇ, ਆਪਣੇ ਕੋਲ 3 ਮਸ਼ੀਨਾਂ, ਮਤਲਬ ਉਹਨੂੰ ਆਪਾਂ ਉਹਦੇ ਟਾਈਮ ਤੇ ਪਹੁੰਚ ਜਾਾਂਗੇ, ਹੈ ਨਾ। ਹਾਂਜੀ ਹਾਂਜੀ। ਠੀਕ ਹੈ। ਸੋ ਦੋਸਤੋ, ਤੁਹਾਨੂੰ ਮਸ਼ੀਨ ਜਿਹੜੀ ਚੱਲਦੀ ਹੈ ਉਹ ਵੀ ਦਿਖਾ ਦਿੰਦਾ। ਤੇ ਪਹਿਲਾਂ ਵੀ ਤੁਹਾਨੂੰ ਵੀਡੀਓ ਦੇ ਸ਼ੁਰੂਆਤ ਦੇ ਵਿੱਚ ਵੀ ਦਿਖਾਇਆ ਵੀ ਇਹ 4 ਓਰਿਆਂ ਵਾਲੀ ਮਸ਼ੀਨ ਆ ਦੋਸਤੋ, ਮੱਕੀ ਨੂੰ ਕੁਤਰ ਕੇ ਅਚਾਰ ਪਾਉਣ ਵਾਸਤੇ। ਸੋ ਬਹੁਤ ਵੱਡੀ ਸਮੱਸਿਆ ਦਾ ਹੱਲ ਆ ਦੋਸਤੋ। ਮੈਂ ਪਹਿਲਾਂ ਵੀਡੀਓ ਇੱਕ ਬਣਾਈ ਸੀਗੀ, ਉਹਦੇ 'ਚ ਵੀ ਇਹ ਦੱਸਿਆ ਸੀਗਾ ਵੀ ਜਿਹੜੀ ਇਹਦੇ 'ਤੇ ਮਸ਼ੀਨਰੀ ਲੱਗਦੀ ਹੈ ਅਚਾਰ ਪਾਉਣ ਵਾਸਤੇ, ਉਹ ਬਹੁਤ ਮਹਿੰਗੀ ਆ, ਕੋਸਟਲੀ ਆ, ਹਰੇਕ ਵੀਰ ਦੇ ਵੱਸ ਦੀ ਗੱਲ ਨਹੀਂ ਹੈਗੀ ਵੀ ਉਹ ਇੰਨਾ ਮਹਿੰਗਾ ਜਿਹੜਾ ਉਹ ਸਾਧਨ ਖਰੀਦੇ ਅਤੇ ਫਿਰ ਚਾਰ ਪਾਵੇ। ਕਿਸੇ ਨੇ ਕਿੱਲਾ ਚਾਰ ਪਾਉਣਾ, ਕਿਸੇ ਨੇ 2 ਕਿੱਲੇ, 5-10 ਕਿੱਲੇ। ਤਾਂ ਤੁਸੀਂ ਦੋਸਤੋ ਇਸ ਵੀਰ ਨਾਲ ਕੰਟੈਕਟ ਕਰ ਸਕਦੇ ਹੋ। ਮੱਲ ਕੇ ਇਹਨਾਂ ਦਾ ਪਿੰਡ ਐਡਰੈਸ ਪਹਿਲਾਂ ਵੀ ਦੱਸਿਆ ਸੀ, ਨੰਬਰ ਸਕਰੀਨ 'ਤੇ ਲੱਗਾ। ਬਾਈ ਜਸਵੀਰ ਸਿੰਘ ਨਾਮ ਹੈ ਬਾਈ ਜੀ ਹੋਰਿਆਂ ਦਾ। ਕੰਟੈਕਟ ਨੰਬਰ ਦੋਸਤੋ ਸਕਰੀਨ 'ਤੇ ਚੱਲ ਰਹੇ, ਇਹਨਾਂ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਇੱਕ ਹੋਰ ਚੀਜ਼ ਦੱਸ ਦਿੰਦਾ ਦੋਸਤੋ ਵੀ ਇੱਕ ਦਿਨ ਵੇਚਦੀ ਇਹ 4 ਓਰਿਆਂ ਵਾਲੀ ਮਸ਼ੀਨ ਜਿਹੜੀ ਲਗਭਗ 9-10 ਕਿੱਲਿਆਂ ਦਾ 4 ਤੁਹਾਨੂੰ ਕੁਤਰਾ ਕਰਕੇ ਦੇ ਸਕਦੀ ਹੈ, ਉਦੋਂ ਅੱਗੇ ਤੁਸੀਂ ਪਾਉਣਾ ਆਪ। ਅਤੇ ਜਿਹੜੀ ਨਾਲ 2 ਇਹਨਾਂ ਕੋਲ ਦੋਸਤੋ ਸ਼ਕਤੀਮਾਨ ਕੰਪਨੀ ਦੀਆਂ ਬਣੀਆਂ ਹੋਈਆਂ ਸਿੰਗਲ ਰੋ ਵਾਲੀਆਂ 2 ਮਸ਼ੀਨਾਂ ਉਹ ਵੀ ਹੈ। ਸੋ ਮੇਰੇ ਖਿਆਲ 'ਚ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਊ, ਕਿਉਂਕਿ ਜਦੋਂ ਆਪਾਂ ਚਾਰ ਪਾਉਣਾ ਸ਼ੁਰੂ ਕਰਦੇ ਹਾਂ ਉਦੋਂ ਬਾਰਿਸ਼ ਦਾ ਸੀਜ਼ਨ ਸ਼ੁਰੂ ਹੋ ਜਾਂਦਾ। ਸੋ ਉਦੋਂ ਸਮੱਸਿਆ ਇਹ ਆਉਂਦੀ ਹੈ ਵੀ ਸਾਨੂੰ ਛੇਤੀ ਹੁੰਦੀ ਹੈ ਵੀ ਜਿਹੜਾ ਵਾਹਨ ਦੇ ਵਿੱਚੋਂ ਮੱਕੀ ਕੁਤਰੀ ਜਾਵੇ, ਕਿਉਂਕਿ ਉਦੋਂ ਬਾਅਦ 'ਚ ਬਾਸਮਤੀ ਬਹੁਤੇ ਵੀਰਾਂ ਨੇ ਲਾਉਣੀ ਹੈ। ਤਾਂ ਹੁਣ ਤੁਹਾਡਾ ਜਿਹੜਾ ਟਾਈਮ ਨਹੀਂ ਖਰਾਬ ਹੋਊਗਾ, ਤੁਸੀਂ ਇਹਨਾਂ ਨਾਲ ਕੰਟੈਕਟ ਕਰੋਗੇ 3 ਮਸ਼ੀਨਾਂ ਦੋਸਤੋ, ਤਾਂ ਮੇਰੇ ਖਿਆਲ 'ਚ ਹੱਥ ਨੂੰ ਤੁਹਾਡਾ ਵਾਹਨ ਵਿਹਲਾ ਕਰਕੇ ਦੇ ਦੇਣਗੇ ਅਚਾਰ, ਇੱਦੂ ਗਾਂਹ ਤੁਸੀਂ ਆਪ ਉਹਨੂੰ ਨੱਪਣਾ, ਉਹਨੂੰ ਕੁਤਰਨਾ। ਆਵਾਜ਼ ਜ਼ਿਆਦਾ ਦੋਸਤੋ ਹੋ ਸਕਦਾ ਮੇਰੀ ਆਵਾਜ਼ ਤੁਹਾਨੂੰ ਕਲੀਅਰ ਸਮਝ ਨਾ ਆਵੇ, ਪਰ ਤੁਸੀਂ ਚੱਲਦੀ ਮਸ਼ੀਨ ਦੇਖ ਸਕਦੇ ਹੋ। 4 ਓਰੇ ਲਊਗੀ,
खास गल दोस्तों इस मशीन की मैंने ये लगी भी आपके जोड़े टोके है ये आटोमैटिक उन्होंने तिखे करती है। एक सिस्टम इदा का दिता भी ये टोकों आटोमैटिक जोड़ा तिखे कर दें जो आप कुतरा करना शुरू करते हैं। कुतरा भी थोड़ा जरूर नाल दिखा दूंगा, कुतरा भी दोस्तों थोड़ा जरूर दिखा दें नाल जोड़ा इस टाइम ये कर रही है, क्योंकि कुतरे की क्वालिटी पर डिपेंड करता दोस्तों साइलेज जोड़ा वो कि बनता तो तुम्हें जरूर दिखाने की कोशिश करूँगा कुतरा जोड़ा ये कर रही है मशीन किदा की क्वालिटी का करती है। ले आओ तो दोस्तों तुम कुतरा भी दिखा देना, बिल्कुल बरीक कुतरती है दोस्तों देख सकते हैं तुम दाने ग्राइंड किए हुए कोई मक्की का गुल नहीं दिसता ये चो इन देखो तो बड़ी चंकी क्वालिटी के बच्चे कुतरा कर रही है मशीन दाने तुम उस तरह दिसते हो तो मशीन तुम चलती दिखा देना चार उड़े लैके जा रही है। फोर बाय फोर दोस्तों ट्रैक्टर के अगे फिट की हुई है क्योंकि दोस्तों मक्की वाली मशीन जो तुम अचार पाना चाहते जरूर बाई ना कॉन्टैक्ट कर सकते हो। ये दोस्तों मशीन है जी कुतरा करती है तुम्हें दिखा देना मैं इस तरीके चलती है चार उड़े दोस्तों ये लै जाती है फोर बाय फोर ट्रैक्टर के मतलब बाई ने पाई हुई है देख सकते हो तुम यहाँ वर्किंग स्टाइल तुम दिखा देना बहुत सोहनी मशीन है तो बाकी कुतरा भी बहुत सोहना करती है क्योंकि खास गल यह भी ये टोके आप ला दें टोके आपे लाने करके दोस्तों यह भी जो वाहन के मक्की कुतर रहे हो तो जो तुम लगेगा भी कुतरा जोड़ा मोटा आ रहा तो उदों ये उस बाद आटोमैटिक जोड़े वो टोके भी ये ला दें कॉन्टैक्ट बाई ना कर सकते हो दोस्तों जोड़े भी। अच्छा जसवीर भाई एक होर पूछना सी जिवें किसी को थोड़ा वाहन अपने एरिए खास करके है ना किला डेढ़ किला दो किले ओर फिर आप सिंगल रो वाली लैके जावे जाए भी जा उड़ूगी। हाँ जी जे तो नेड़े आ ते भी जा उड़ूगी ठीक है जाऊगा उदू बाद सिंगल रो चल पूगी मतलब संपर्क कोई भी बंदा जिदे कोल किला दो किले चार किले है हरेक ही थोड़े ना कर लिया आप हल करके देंगे है ना। चलो रेट का तो इधर उधर कुछ पेट्रोल डीजल अज के टाइम च महंगा ओ फर्क पेगा पर आप हल करके देंगे है ना। ठीक है दोस्तों ये खास गल सी जे वीर थोड़ी बहुत जी मक्की का चार पाना चाहते हो तो संपर्क जरूर कर सकते हो किले वाला वीर भी संपर्क कर ले जिदे को दो किले वह भी थोड़ी मुश्किल का हल होगा। सब तो वड्डी समस्या आउंदी है जो मैं पहला भी दस्या एक तो झोने की लवाई शुरू हो जाती है लेबर नहीं मिलती तो दूजा बारिश का टाइम आ जाता तो उदों भी दिक्कत आती है। सो तुसी कॉन्टैक्ट इन्हां वीरां नाल कर सकते हो थोड़ा मक्की का अचार जिहड़ा उह सही टाइम पर पै जूगा। संपर्क करने लिए नंबर दोस्तों स्क्रीन पर लगे धन्यवाद। अचार पाउणा मक्की जिहड़ी आ कतराउणी आ वाहन दे विचों खड़ी तीन मशीन सिंगल रो वाला दो कह के चार उरे लैके जाण वाली है तुसी बाई नूं बुला सकदे।